ਅੱਛਾ ਜੀ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹ ਜਿਹੜੇ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਜਿਹੜੇ ਉਹ ਬਣੇ ਆ, ਅਤੇ ਮਾਰਨਿੰਗ ਕੰਸਲਟ ਦੇ ਸਰਵੇ ਦੇ ਵਿੱਚ 69% ਅਪਰੂਵਲ ਰੇਟਿੰਗ ਮਿਲੀ ਆ, ਤਾਂ ਅਮੈਰੀਕਾ ਦੇ ਜਿਹੜੇ ਰਾਸ਼ਟਰਪਤੀ ਟੌਪ 10 ਦੇ ਵਿੱਚ ਨਹੀਂ ਆ। ਸੋ ਤੁਸੀਂ ਆਪ ਵੀ ਜਾ ਕੇ ਚੈੱਕ ਕਰਨਾ ਜੀ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰੀ ਫਿਰ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ ਆ। ਮਾਰਨਿੰਗ ਕੰਸਲਟ ਨਾਮ ਦੀ ਗਲੋਬਲ ਡਿਸੀਜਨ ਇੰਟੈਲੀਜੈਂਸ ਫਰਮ ਨੇ ਦੁਨੀਆ ਦੇ 25 ਦੇਸ਼ਾਂ ਦੇ ਪ੍ਰਮੁੱਖ ਦੀ ਅਪਰੂਵਲ ਰੇਟਿੰਗ ਜਾਰੀ ਕੀਤੀ ਆ, ਅਤੇ ਇਸ ਰੇਟਿੰਗ ਇਸ ਲਿਸਟ ਦੇ ਵਿੱਚ 69% ਰੇਟਿੰਗ ਦੇ ਨਾਲ ਪੀਐਮ ਮੋਦੀ ਪਹਿਲੇ ਨੰਬਰ 'ਤੇ ਆ। ਲਿਸਟ ਦੇ ਵਿੱਚ ਦੂਸਰਾ ਸਥਾਨ ਮੈਕਸੀਕੀ ਰਾਸ਼ਟਰਪਤੀ ਆਂਦਰੇ ਮੈਨੂਅਲ ਲੋਪੇਜ਼ ਓਬਰਾਡੋਰ ਨੂੰ ਮਿਲਿਆ ਆ, ਅਤੇ ਉਹਨਾਂ ਦੀ ਅਪਰੂਵਲ ਰੇਟਿੰਗ 60% ਰਹੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਟੌਪ 10 ਦੇ ਨੇਤਾਵਾਂ ਦੇ ਵਿੱਚ ਵੀ ਸ਼ਾਮਲ ਨਹੀਂ ਆ, ਅਤੇ 39% ਅਪਰੂਵਲ ਰੇਟਿੰਗ ਦੇ ਨਾਲ ਉਹ 92ਵੇਂ ਨੰਬਰ 'ਤੇ ਆ। ਅਤੇ 25ਵੇਂ ਯਾਨੀ ਆਖਰੀ ਸਥਾਨ ਦੇ ਉੱਤੇ ਜਪਾਨੀ ਪ੍ਰਧਾਨ ਮੰਤਰੀ ਫੂਮੀਓ ਕਿਸ਼ੀਦਾ ਨੂੰ ਮਿਲਿਆ, ਅਤੇ ਉਹਨਾਂ ਦੀ ਰੇਟਿੰਗ 16% ਰਹੀ। ਸੋ ਜੀ, ਇਸ ਤੋਂ ਪਹਿਲਾਂ ਫਰਵਰੀ ਦੇ ਵਿੱਚ 78% ਦੀ ਅਪਰੂਵਲ ਰੇਟਿੰਗ ਦੇ ਨਾਲ ਪੀਐਮ ਮੋਦੀ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਸੀ, ਅਤੇ ਮਾਰਨਿੰਗ ਕੰਸਲਟ ਦਾ ਇਹ ਸਰਵੇ 30 ਜਨਵਰੀ ਤੋਂ 5 ਫਰਵਰੀ ਦੇ ਵਿੱਚ ਜੁਟਾਏ ਗਏ ਡੇਟਾ 'ਤੇ ਨਿਰਧਾਰਿਤ ਜਿਹੜਾ ਉਹ ਹੈਗਾ ਆ। ਸੋ ਦੁਨੀਆ ਦੇ ਟੌਪ 10 ਪਾਪੂਲਰ ਨੇਤਾ, ਪਹਿਲੇ ਨੰਬਰ 'ਤੇ ਭਾਰਤੀ ਪ੍ਰਧਾਨ ਮੰਤਰੀ, ਦੂਸਰੇ 'ਤੇ ਮੈਕਸੀਕੀ, ਤੀਸਰੇ 'ਤੇ ਅਰਜਨਟੀਨਾ ਦੇ ਰਾਸ਼ਟਰਪਤੀ, ਚੌਥੇ 'ਤੇ ਸਵਿਟਜ਼ਰਲੈਂਡ ਫੈਡਰਲ ਕਾਉਂਸਲਰ ਵਾਇਲਾ ਐਮਹਰਡ, ਪੰਜਵੇਂ 'ਤੇ ਆਇਰਲੈਂਡ ਦੇ ਪ੍ਰਧਾਨ ਮੰਤਰੀ, ਛੇਵੇਂ 'ਤੇ ਯੂਕੇ ਦੇ ਪ੍ਰਧਾਨ ਮੰਤਰੀ, ਸੱਤਵੇਂ 'ਤੇ ਪੋਲੈਂਡ ਦੇ ਪ੍ਰਧਾਨ ਮੰਤਰੀ, ਅੱਠਵੇਂ 'ਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ, ਨੌਵੇਂ 'ਤੇ ਸਪੇਨ ਦੇ ਪ੍ਰਧਾਨ ਮੰਤਰੀ, ਅਤੇ ਦਸਵੇਂ 'ਤੇ ਇਟਲੀ ਦੀ ਪ੍ਰਧਾਨ ਮੰਤਰੀ। ਸੋ 7 ਦਿਨ ਦੇ ਸਰਵੇ ਤੋਂ ਤੈਅ ਹੋਈ ਅਪਰੂਵਲ ਰੇਟਿੰਗ, ਅਤੇ ਫਰਾਂਸੀਸੀ ਰਾਸ਼ਟਰਪਤੀ ਅਤੇ ਕੈਨੇਡਾ ਦੇ ਪੀਐਮ ਦੀ ਲੋਕਪ੍ਰਿਯਤਾ ਜਿਹੜੀ ਉਹ ਘੱਟ ਹੋਈ ਆ। ਸੋ ਐਕਸ ਦੇ ਉੱਤੇ ਵੀ 100 ਮਿਲੀਅਨ ਫੋਲੋਅਰਸ ਜਿਹੜੇ ਮੋਦੀ ਦੇ ਆਈ ਸੀ ਖਬਰ ਇਹ, ਫੇਸਬੁੱਕ 'ਤੇ 49 ਮਿਲੀਅਨ, ਇੰਸਟਾਗ੍ਰਾਮ 'ਤੇ 91.2 ਮਿਲੀਅਨ, ਅਤੇ ਵਟਸਐਪ 'ਤੇ 13.83 ਮਿਲੀਅਨ। ਸੋ ਚੈੱਕ ਕਰ ਲਿਓ ਜੀ ਬਾਕੀ ਖਬਰ ਜਿਹੜੀ ਆਈ ਹੋਈ ਆ।